ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੀ ਕੁੜੀ ਦੇ ਪਰਾਵਾਣੇ ਮਾਰ ਕੇ ਨਹਿਰ ਚ ਸੁੱਟਿਆ ਮੁੰਡਾ 10 ਦਿਨਾਂ ਬਾਅਦ ਇਸ ਹਾਲਤ ਚ ਮਿਲੀ Laash ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਆਖਿਰ ਪੁਲਿਸ ਨੇ 11 ਦਿਨਾਂ ਤੋਂ ਪਹਿਲਾਂ ਲਾਪਤਾ ਹੋਏ ਨੌਜਵਾਨ RAMJIT SINGH ਦਾ ਮਾਮਲਾ ਸੁਲਝਾ ਲਿਆ ਮ੍ਰਿਤਕ ਦੇ ਬਠਿੰਡਾ ਹਲਕੇ ਦੇ ਕੂਟ ਬਖਤੂ ਦੇ ਨਾਲੇ ਵਿੱਚੋਂ ਮਿਲੀਆ ਪੁਲਿਸ ਨੇ 3 ਮੈਂਬਰ ਕਾਬੂ ਕੀਤੇ ਹਨ ਜਿਨ੍ਹਾਂ ਵਿੱਚੋਂ ਇੱਕ ਨਾਬਾਲਗ ਹੈ ਇੱਕ ਨੌਜਵਾਨ ਦੇ ਦੱਸਣ ਮੁਤਾਬਕ RAMJIT SINGH ਇੱਕ ਬਹੁਤ ਹੀ ਗਰੀਬ ਪਰਿਵਾਰ ਦਾ ਲੜਕਾ ਸੀ ਜਿਸ ਦੀ ਬੁਰੀ ਤਰ੍ਹਾਂ ਖੇਚਤੂ ਕਰਕੇ ਕੁਝ ਬੰਦਿਆਂ ਨੇ ਪੂਰੇ ਕੂਬੇ ਨੇੜੇ ਤਨੋਲੇ ਵਾਲੀ ਨਹਿਰ ਵਿੱਚ ਸੁੱਟ ਦਿੱਤਾ ਉਸ ਦੀ ਲਾਸ਼ 11 ਦਿਨਾਂ ਬਾਅਦ ਲੱਭੀ ਆ ਇਸ ਦੇ ਵਿੱਚ ਅਰਸ਼ਦੀਪ ਸਿੰਘ ਅਰਸ਼ਪਿੰਡ ਸੰਗ ਰੇੜੀ ਸੋਨੀਪਿੰਡ ਸ਼ੇਰੋ ਤੇ ਗਰਦੀਪ ਸਿੰਘ ਪੂਰੇ ਕਬੇ ਤੋਂ ਸ਼ਾਮਲ ਹਨ ਨੌਜਵਾਨ ਦੇ ਦਸਤ ਮੁਤਾਬਕ ਮ੍ਰਿਤਕ ਦੇ ਉਪਰੋਕਤ ਵਿਅਕਤੀਆਂ ਦੇ ਰਿਸ਼ਤੇਦਾਰੀ ਕਿਸੇ ਲੜਕੀ ਦੇ ਨਾਲ ਕੋਈ ਸਬੰਧ ਸਨ ਉਹ ਇਹਨਾਂ ਨੂੰ ਜਾਣਦੇ ਕੀ ਸਬੰਧ ਕਿਵੇਂ ਦੇ ਹਨ ਇਹਨਾਂ ਵਿਅਕਤੀਆਂ ਨੂੰ ਉਹ ਮੁੰਡੇ ਨੂੰ ਪਿੰਡ ਵਾਲੀ ਸਾਈਡ ਤੇ ਬੁਲਾਇਆ ਤੇ ਫਿਰ ਅਕਬਰਪੁਰ ਤੋਂ ਪੂਰੇ ਕੁੱਬੇ ਲਾ ਜਾ ਕੇ ਰਾੜ ਦੇ ਨਾਲ ਬੁਰੀ ਤਰ੍ਹਾਂ ਸੱਟਾਂ ਲਾ ਕੇ ਉਸ ਦੀ ਜਾਨ ਲੈ ਲਈ ਗਈ ਤੇ ਮ੍ਰਿਤਕ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਨੌਜਵਾਨ ਦੇ ਦੱਸਣ ਮੁਤਾਬਕ ਗੂਤਾਖੋਰਾ ਨੂੰ ਨਹਿਰ ਵਿੱਚ ਘਟਨਾ ਦੌਰਾਨ ਵਰਤੀ ਰਾੜ ਵੀ ਮਿਲੀ ਆ ਪੁਲਿਸ ਨੇ ਮਾਮਲਾ ਦਰਜ ਕਰਕੇ ਤਿੰਨ ਲੋਕਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੇ ਵਿੱਚ ਇੱਕ ਨਵਾਲਗ ਨੂੰ ਲੁਧਿਆਣਾ ਦੀ ਨਵਾਲਗ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਦੋ ਨੂੰ ਪੁਲਿਸ ਰਿਮਾਂਡ ਤੇ ਲੈ ਲਿਆ ਗਿਆ ਤੇ ਉਸ ਦਾ ਕਹਿਣਾ ਹੈ ਕਿ ਸਰਬਜੀਤ ਕੌਰ ਕਿਧਰੇ ਖਿਸਕ ਗਈ ਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਮੱਖਣ ਸਿੰਘ ਤੋਂ ਤਲਾਬ ਮਿਲੀ ਕਿ ਰਾਮਜੀਤ ਸਿੰਘ ਨੂੰ ਅਰਸ਼ਦੀਪ ਨਾਮ ਦੇ ਇੱਕ ਵਿਅਕਤੀ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਇੱਕ ਦਰੇ ਲਾਪਤਾ ਕਰ ਦਿੱਤਾ ਪੁਲਿਸ ਨੇ ਇਹਨਾਂ ਨੂੰ ਕਾਬੂ ਕਰਕੇ ਜਦੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਉਸ ਦੀ ਜਾਨ ਲੈਣ ਉਪਰੰਤ ਮ੍ਰਿਤਕ ਦੇ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਮ੍ਰਿਤਕ ਦਾ ਮੋਟਰਸਾਈਕਲ ਅਤੇ ਘੜਨਾ ਦੌਰਾਨ ਵਰਤਿਆ ਗਿਆ ਸਮਾਨ ਪੁਲਿਸ ਨੇ ਬਰਾਮਦ ਕਰ ਲਿਆ ਪੁਲਿਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਮ੍ਰਿਤਕ ਦੇ ਬਰਾਮਦ ਹੋ ਗੀਆ ਪੁਰਸ ਨੇ ਤਾਰਾ 302 ਦਾ ਵਾਦਾ ਕਰਕੇ ਅਰਸ਼ਦੀਪ ਤੇ ਉਸਦੇ ਦੋ ਰਿਸ਼ਤੇਦਾਰ ਗੁਰਦੀਪ ਅਤੇ ਸੋਨੂ ਨੂੰ ਕਾਬੂ ਕਰ ਲਿਆ ਧੰਨਵਾਦ